ਲੁਧਿਆਣਾ ਲੋਕ ਸਭਾ ਹਲਕਾ ਹੁਣ ਦਿਲਚਸਪ ਹੁੰਦਾ ਜਾ ਰਿਹਾ ਕਿਉਂਕਿ ਉੱਥੇ ਇੱਕ ਕਾਂਗਰਸ ਦੀ ਇੱਕ ਮਜ਼ਬੂਤ ਦਾਅਵੇਦਾਰੀ ਹੁੰਦੀ ਸੀ ਜਦੋਂ ਰਵਨੀਤ ਸਿੰਘ ਬਿੱਟੂ ਲੋਕ ਸਭਾ ਮੈਂਬਰ ਵੀ ਬਣਦੇ ਰਹੇ ਨੇ ਔਰ ਲੋਕ ਸਭਾ ਮੈਂਬਰ ਉਹ 3 ਦਫਾ ਬਣਦੇ ਨੇ। ਉਸ ਤੋਂ ਬਾਅਦ ਉਹਨਾਂ ਨੇ ਚੁੱਪ ਚਪੀਤੇ ਭਾਜਪਾ ਜੁਆਇਨ ਕਰ ਲਏ, ਹਾਲਾਂਕਿ ਉਹ ਪਹਿਲਾਂ ਇੰਟਰਵਿਊ ਦੇ ਜ਼ਰੀਏ ਜਾਂ ਹੋਰਨਾਂ ਮਸਲਿਆਂ ਦੇ ਵਿੱਚ ਕਹਿੰਦੇ ਰਹਿੰਦੇ ਸੀ ਕਿ ਮੇਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਚੰਗੇ ਸੰਬੰਧ ਨੇ, ਦੋਸਤਾਨਾ ਸੰਬੰਧ ਇਸ ਕਰਕੇ ਨੇ ਕਿਉਂਕਿ ਲੰਮੇ ਸਮੇਂ ਤੋਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦੇ ਜਾ ਰਹੇ ਸੀ। ਪਰ ਉਸ ਤੋਂ ਬਾਅਦ ਉਹਨਾਂ ਦਾ ਹਿਰਦੇ ਪਰਿਵਰਤਨ ਹੁੰਦਾ ਹੈ ਅਤੇ ਉਹਨਾਂ ਨੂੰ ਭਾਜਪਾ ਦੀਆਂ ਨੀਤੀਆਂ ਚੰਗੀਆਂ ਲੱਗਣ ਲੱਗਦੀਆਂ ਨੇ ਔਰ ਕਾਂਗਰਸ ਦੇ ਅੰਦਰ ਜਿਹੜਾ ਪਿਆ ਖਲਾਰਾ ਜਾਂ ਫਿਰ ਉਹਨਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਕੀਤੀਆਂ ਤੁਹਾਡੇ ਸਭ ਦੇ ਸਾਹਮਣੇ ਨੇ। ਪਰ ਇੱਥੇ ਇੱਕ ਵੱਡੀ ਖਬਰ ਇਹ ਦਸਤਕ ਦੇ ਰਹੀ ਹੈ ਕਿ ਹੁਣ ਕਾਂਗਰਸ ਪਾਰਟੀ ਨੇ ਵੀ ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ ਹੀ ਸਾਹਮਣੇ ਕਰਨ ਦੀ ਵੀ ਜਿਹੜੀ ਹੈ ਉਹ ਚਰਚਾ ਛੇੜ ਦਿੱਤੀ ਹੈ। ਕਾਂਗਰਸ ਪਾਰਟੀ ਦੇ ਅੰਦਰ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਸਮੀਖਿਆ ਕੀਤੀ ਜਾ ਰਹੀ ਹੈ, ਹਾਲਾਂਕਿ ਉੱਥੇ ਹੁਣ ਤੱਕ ਜਿਹੜੇ ਨਾਮ ਚੱਲੇ ਉਹ ਸਥਾਨਕ ਲੀਡਰਾਂ ਦੇ ਚੱਲੇ। ਸਥਾਨਕ ਲੀਡਰਾਂ ਦਾ ਕਹਿਣ ਦਾ ਭਾਵ ਭਾਰਤ ਭੂਸ਼ਣ ਆਸ਼ੂ ਜਿਹੜੇ ਰਵਨੀਤ ਸਿੰਘ ਬਿੱਟੂ ਦੇ ਉਹ ਪੱਕੇ ਆੜੀ ਸੀ, ਜਦੋਂ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੋਣ ਲੱਗੀ ਸੀ, ਜਦੋਂ ਵਿਜੀਲੈਂਸ ਬਿਊਰੋ ਵਾਲੇ ਇੱਕ ਸੈਲੂਨ 'ਤੇ ਪਹੁੰਚ ਜਾਂਦੇ ਨੇ ਤਦੋਂ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਨਾਲ ਜਿਹੜੇ ਖਹਿ ਜਾਂਦੇ ਨੇ, ਉਹ ਖਹਿਬੜ ਜਾਂਦੇ ਨੇ ਅਧਿਕਾਰੀਆਂ ਦੇ ਨਾਲ ਕਿ ਇਸ ਤਰ੍ਹਾਂ ਤੁਸੀਂ ਗਲਤ ਤਰੀਕੇ ਨਾਲ ਗ੍ਰਿਫਤਾਰੀ ਨਹੀਂ ਕਰ ਸਕਦੇ, ਇਹ ਤਾਂ ਤਾਨਾਸ਼ਾਹੀ ਹੈ। ਔਰ ਭਾਰਤ ਭੂਸ਼ਣ ਆਸ਼ੂ ਮੇਰਾ ਯਾਰ ਹੈ ਔਰ ਭਾਰਤ ਭੂਸ਼ਣ ਆਸ਼ੂ ਨੂੰ ਜਦੋਂ ਪਤਾ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਤਾਂ ਭਾਜਪਾ ਵਿੱਚ ਚਲੇ ਜਾਂਦੇ ਨੇ ਅਤੇ ਉਹਨਾਂ ਨੇ ਵੀ ਮੀਡੀਆ ਦੇ ਵਿੱਚ ਆ ਕੇ ਗੱਲ ਆਖੀ ਕਿ ਮੈਨੂੰ ਇਹ ਉਮੀਦ ਹੀ ਨਹੀਂ ਸੀ, ਆਸ ਹੀ ਨਹੀਂ ਸੀ। ਪਰ ਹੁਣ ਉਹਨਾਂ ਨੂੰ ਭਾਜਪਾ ਦੇ ਵਿੱਚ ਨਾ ਤਾਂ ਭਾਰਤ ਭੂਸ਼ਣ ਆਸ਼ੂ ਨਜ਼ਰ ਆਉਣਗੇ ਨਾ ਹੀ ਉਹਨਾਂ ਨੂੰ ਉੱਥੋਂ ਦੇ ਹੋਰ ਸਥਾਨਕ ਲੀਡਰ ਆ ਜਿਹੜੇ ਉਹ ਨਾਲ ਨਜ਼ਰ ਖੜ੍ਹੇ ਨਜ਼ਰ ਆਉਣਗੇ। ਜਦੋਂ ਉਹਨਾਂ ਨੂੰ ਇਕੱਲਾਪਣ ਉੱਥੇ ਮਹਿਸੂਸ ਹੋਇਆ ਤਾਂ ਪਤਾ ਫਿਰ ਲੱਗਣਾ। ਪਰ ਹੁਣ ਚਰਚਾ ਇਹ ਹੈ ਕਿ ਗੁਰਕੀਰਤ ਸਿੰਘ ਕੋਟਲੀ ਜਿਹੜੇ ਕਿ ਖੰਨਾ ਤੋਂ 2012 ਦੇ ਵਿੱਚ ਵੀ 2017 ਦੇ ਵਿੱਚ ਲਗਾਤਾਰ 2 ਵਾਰ ਵਿਧਾਇਕ ਬਣੇ ਔਰ 111 ਦਿਨਾਂ ਦੀ ਜਿਹੜੀ ਚੰਨੀ ਸਰਕਾਰ ਸੀ, ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਅਤੇ ਉਹਨਾਂ ਨੂੰ ਮੰਤਰੀ ਮੰਡਲ ਦਾ ਵੀ ਹਿੱਸਾ ਬਣਾਇਆ ਗਿਆ ਸੀ। ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਨੇ ਜਿਹੜੇ 2 ਵਾਰ ਵਿਧਾਇਕ ਬਣ ਚੁੱਕੇ ਨੇ ਅਤੇ ਗੁਰਕੀਰਤ ਸਿੰਘ ਕੋਟਲੀ ਨਾਲ ਸਾਡੀ ਗੱਲਬਾਤ ਹੋਈ ਹੈ, ਫੋਨ 'ਤੇ ਹੋਈ ਗੱਲਬਾਤ, ਅਤੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਪੁਸ਼ਟੀ ਵੀ ਕੀਤੀ ਹੈ। ਉਹਨਾਂ ਨੂੰ ਜਦੋਂ ਅਸੀਂ ਪੁੱਛਿਆ ਕਿ ਕੀ ਤੁਹਾਡੀ ਇੱਛਾ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਹੈ, ਤਾਂ ਉਹਨਾਂ ਨੇ ਕਿਹਾ ਜੇਕਰ ਪਾਰਟੀ ਹੁਕਮ ਲਾਉਂਦੀ ਹੈ ਤਾਂ ਉਹ ਕਿਉਂ ਨਹੀਂ ਲੜਨਗੇ, ਸਿਰ ਮੱਥੇ ਪਾਰਟੀ ਦਾ ਹੁਕਮ। ਪਰ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਹੁਣ ਤੱਕ ਉੱਥੇ ਦਾਅਵਾ ਕੀਤਾ ਕਿ ਮੈਂ ਚੋਣ ਲੜਨਾ ਚਾਹੁੰਦਾ, ਤਾਂ ਉਹਨਾਂ ਨੇ ਇਹ ਵੀ ਗੱਲ ਸਾਫ਼ ਕੀਤੀ ਹੈ ਕਿ ਮੈਂ ਹਜੇ ਤੱਕ ਕੋਈ ਦਾਅਵਾ ਨਹੀਂ ਕੀਤਾ। ਪਰ ਜੇਕਰ ਪਾਰਟੀ ਹਾਈਕਮਾਂਡ ਜਾਂ ਪੰਜਾਬ ਦੀ ਲੀਡਰਸ਼ਿਪ, ਸੂਬੇ ਦੀ ਲੀਡਰਸ਼ਿਪ, ਜਿੰਨਾ ਹੱਥ ਵਾਗਡੋਰ ਹੈ ਅੱਜ ਕੱਲ੍ਹ, ਜੇਕਰ ਉਹ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੇ ਨੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ਼, ਤਾਂ ਉਹ ਚੋਣ ਲੜਨ ਨੂੰ ਤਿਆਰ ਨੇ। ਹਾਲਾਂਕਿ ਜਿਹੜਾ ਕਿ ਰਵਨੀਤ ਸਿੰਘ ਬਿੱਟੂ ਅਤੇ ਗੁਰਕੀਰਤ ਸਿੰਘ ਕੋਟਲੀ ਇਹਨਾਂ ਦਾ ਜਿਹੜਾ ਪਰਿਵਾਰਕ ਪਿਛੋਕੜ ਹੈ, ਜੱਦੀ ਪੁਸ਼ਤੀ ਕਾਂਗਰਸੀ ਪਰਿਵਾਰ ਰਿਹਾ, ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਦੇ ਇਹ ਦੋਵੇਂ ਪੋਤੇ ਨੇ ਔਰ ਇੱਕ ਪਹਿਲਾਂ ਤਾਂ ਕਾਂਗਰਸ ਪਾਰਟੀ ਹੀ ਸੀ ਦੋਨਾਂ ਦੇ ਲਈ, ਪਰ ਰਵਨੀਤ ਸਿੰਘ ਬਿੱਟੂ ਚੁੱਪ ਚੁਪੀਤੇ ਜਦੋਂ ਭਾਜਪਾ ਚਲੇ ਗਏ ਅਤੇ ਹੁਣ ਗੁਰਕੀਰਤ ਸਿੰਘ ਕੋਟਲੀ ਕਾਂਗਰਸ ਦੇ ਵਿੱਚ ਹੀ ਟਿਕੇ ਹੋਏ ਨੇ। ਭਾਰਤ ਭੂਸ਼ਣ ਆਸ਼ੂ ਦਾ ਨਾਮ ਉਹਨਾਂ ਨਾਵਾਂ ਦੇ ਵਿੱਚ ਚੱਲ ਰਿਹਾ ਸੀ ਕਿ ਭਾਰਤ ਭੂਸ਼ਣ ਆਸ਼ੂ ਹੀ ਮਜ਼ਬੂਤ ਦਾਅਵੇਦਾਰੀ ਹੋ ਸਕਦੀ ਹੈ ਉਹਨਾਂ ਦੀ ਅਤੇ ਲੁਧਿਆਣੇ ਤੋਂ ਟੱਕਰ ਵੀ ਉਹ ਦੇ ਸਕਦੇ ਨੇ, ਪਰ ਹਾਲੇ ਉਸ ਦੀ ਗੁਫ਼ਤਗੂ ਜਾਰੀ ਸੀ ਅਤੇ ਉਸ ਦੇ ਵਿੱਚੋਂ ਗੁਰਕੀਰਤ ਸਿੰਘ ਕੋਟਲੀ ਦੀ ਚਰਚਾ ਵੀ ਛਿੜ ਗਈ ਹੈ। ਗੁਰਕੀਰਤ ਸਿੰਘ ਕੋਟਲੀ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਉਹਨਾਂ ਨੂੰ ਦੋ ਸਵਾਲ ਅਸੀਂ ਕੀਤੇ ਕਿ ਕੀ ਤੁਸੀਂ ਚੋਣ ਲੜਨ ਲਈ ਲੁਧਿਆਣੇ ਤੋਂ ਤਿਆਰ ਹੋ, ਤਾਂ ਉਹਨਾਂ ਨੇ ਕਿਹਾ ਕਿ ਮੈਂ ਦਾਅਵੇਦਾਰੀ ਨਹੀਂ ਕੀਤੀ, ਪਰ ਜੇਕਰ ਪਾਰਟੀ ਉਹਨਾਂ ਨੂੰ ਚੋਣ ਲੜਾਉਂਦੀ ਹੈ ਤਾਂ ਉਹ ਕਿਉਂ ਨਹੀਂ ਲੜਨਗੇ, ਉਹ ਪਾਰਟੀ ਦੇ ਹੁਕਮ ਨੂੰ ਸਿਰ ਮੱਥੇ 'ਤੇ ਮੰਨਣਗੇ ਔਰ ਕਾਂਗਰਸ ਪਾਰਟੀ ਦੇ ਨਾਲ ਹੀ ਰਹਿਣਗੇ, ਉਹਨਾਂ ਦਾ ਕੋਈ ਇਰਾਦਾ ਨਹੀਂ ਹੈ ਪਾਰਟੀ ਛੱਡਣ ਦਾ।
ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਦਾਅਵੇ ਨਾਲ ਕਹੀਆਂ ਨੇ ਕਿ ਕਾਂਗਰਸ ਪਾਰਟੀ ਦੇ ਉਹ ਵਫ਼ਾਦਾਰ ਸਿਪਾਹੀ ਨੇ ਔਰ ਕਾਂਗਰਸ ਪਾਰਟੀ ਜੇਕਰ ਉਹਨਾਂ ਨੂੰ ਕੋਈ ਵੀ ਹੁਕਮ ਲਾਉਂਦੀ ਹੈ ਚਾਹੇ ਲੋਕ ਸਭਾ ਦੀ ਚੋਣ ਲੜਨ ਦਾ ਜਾਂ ਕੋਈ ਹੋਰ ਵੱਡੀ ਜ਼ਿੰਮੇਵਾਰੀ ਕਾਂਗਰਸ ਦੇ ਅੰਦਰ ਦਿੰਦੀ ਹੈ ਚਾਹੇ ਅੱਜ ਦੇ ਦਿਨਾਂ ਦੇ ਵਿੱਚ ਚਾਹੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਉਸ ਨੂੰ ਬਖੂਬੀ ਨਿਭਾਉਣ ਲਈ ਤਿਆਰ ਬੈਠੇ ਨੇ। ਇਹ ਗੁਰਕੀਰਤ ਸਿੰਘ ਕੋਟਲੀ ਦੇ ਸ਼ਬਦ ਨੇ ਕਿਉਂਕਿ ਉਹਨਾਂ ਦੀ ਚਰਚਾ ਛਿੜ ਗਈ ਸੀ ਕਿਉਂਕਿ ਵਿਧਾਇਕ ਵੀ ਉਹ ਰਹਿ ਚੁੱਕੇ ਨੇ ਦੋ ਵਾਰ ਔਰ ਉਹ ਰਵਨੀਤ ਸਿੰਘ ਬਿੱਟੂ ਜੇਕਰ ਆਪਣੇ ਹੀ ਭਰਾ ਦੇ ਸਾਹਮਣੇ ਕਾਂਗਰਸ ਪਾਰਟੀ ਉਹਨਾਂ ਨੂੰ ਖੜਾ ਕਰ ਦਿੰਦੀ ਹੈ ਤਾਂ ਫਿਰ ਉੱਥੇ ਦਿਲਚਸਪ ਸਿਆਸੀ ਸਮੀਕਰਨ ਹੋ ਜਾਣਗੇ ਕਿਉਂਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਉਮੀਦਵਾਰ ਐਲਾਨ ਦਿੱਤਾ ਗਿਆ ਰਣਜੀਤ ਸਿੰਘ ਢਿੱਲੋਂ ਨੂੰ ਜਿਹੜੇ ਕਿ ਇੱਕ ਵਾਰਾਂ ਵਿਧਾਇਕ ਵੀ ਰਹਿ ਚੁੱਕੇ ਨੇ ਔਰ ਗੁਰਕੀਰਤ ਸਿੰਘ ਕੋਟਲੀ ਜੇਕਰ ਰਵਨੀਤ ਸਿੰਘ ਬਿੱਟੂ ਦੇ ਸਾਹਮਣੇ ਆਉਂਦੇ ਨੇ ਤਾਂ ਫਿਰ ਆਪਸ ਦੇ ਵਿੱਚ ਜਿੱਥੇ ਸਿਆਸੀ ਸ਼ਰੀਕੇਬਾਜ਼ੀ ਹੋਰ ਵਧੇਗੀ ਸਿਆਸੀ ਪੇਚਾ ਦੋ ਭਰਾਵਾਂ ਦੇ ਵਿੱਚ ਹੀ ਪੈ ਜਾਣਾ ਤਾਂ ਕਾਂਗਰਸ ਪਾਰਟੀ ਇਸ ਦੇ ਉੱਤੇ ਵੀ ਵਿਚਾਰ ਵਟਾਂਦਰਾ ਕਰਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਰਕੇ ਚਰਚਾ ਛਿੜ ਗਈ ਹੈ। ਜਿੱਥੋਂ ਤੱਕ ਰਹੀ ਗੱਲ ਖੁਦ ਗੁਰਕੀਰਤ ਸਿੰਘ ਕੋਟਲੀ ਦੀ ਤਾਂ ਉਹਨਾਂ ਨੇ ਆਪਣੀ ਇੱਛਾ ਵੀ ਦੱਸ ਦਿੱਤੀ ਹੈ ਕਿ ਉਹ ਕੀ ਚਾਹੁੰਦੇ ਨੇ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਜੇਕਰ ਭਾਰਤ ਭੂਸ਼ਣ ਆਸ਼ੂ ਦਾ ਫੈਸਲਾ ਜਿਹੜਾ ਅੰਤਿਮ ਪੜਾਅ ਤੱਕ ਨਹੀਂ ਲਿਆ ਜਾਂਦਾ ਤਾਂ ਫਿਰ ਹੋ ਸਕਦਾ ਹੈ ਲੁਧਿਆਣਾ ਲੋਕ ਸਭਾ ਹਲਕਾ ਤੋਂ ਗੁਰਕੀਰਤ ਸਿੰਘ ਕੋਟਲੀ ਵੀ ਉਮੀਦਵਾਰ ਬਣਾਏ ਜਾ ਸਕਦੇ ਨੇ। ਹਾਲਾਂਕਿ ਉੱਥੋਂ ਦੇ ਹੋਰ ਸਾਬਕਾ ਵਿਧਾਇਕ ਨੇ ਜਿਹੜੇ ਉਹਨਾਂ ਦਾ ਵੀ ਜਿਹੜਾ ਚਰਚਾ ਚੱਲ ਰਿਹਾ ਕਿ ਉਹਨਾਂ ਦੇ ਵਿੱਚੋਂ ਕਿਹੜਾ ਮਜ਼ਬੂਤ ਦਾਅਵੇਦਾਰ ਹੋ ਸਕਦਾ ਜਿਹੜਾ ਰਵਨੀਤ ਸਿੰਘ ਬਿੱਟੂ ਨੂੰ ਟੱਕਰ ਦੇ ਸਕੇ ਕਿਉਂਕਿ ਕਾਂਗਰਸ ਪਾਰਟੀ ਨੇ ਵੀ ਹੁਣ ਇਸ ਮਸਲੇ ਨੂੰ ਚੁਣੌਤੀ ਵਜੋਂ ਲੈ ਲਿਆ ਚੈਲੰਜ ਵਜੋਂ ਲੈ ਲਿਆ ਕਿ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਚੁੱਪ ਚੁਪੀਤੇ ਚਲੇ ਗਏ ਭਾਜਪਾ ਦੇ ਅੰਦਰ ਜਿਨ੍ਹਾਂ ਨੇ ਪਾਰਟੀ ਨੂੰ ਪਾਰਟੀ ਜਿਹੜੀ ਪਾਰਟੀ ਨੇ ਕਾਂਗਰਸ ਪਾਰਟੀ ਨੇ ਇੰਨਾ ਮਾਣ ਤਾਣ ਦਿੱਤਾ ਹੋਵੇ ਰਵਨੀਤ ਸਿੰਘ ਬਿੱਟੂ ਨੂੰ ਤਾਂ ਹੁਣ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਚਾਹੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਜਾਂ ਫਿਰ CLP ਲੀਡਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਫਿਰ ਕਾਂਗਰਸ ਦੇ ਹੋਰ ਸੀਨੀਅਰ ਆਗੂ ਨੇ ਜਿਸ ਦੇ ਵਿੱਚ ਪ੍ਰਗਟ ਸਿੰਘ ਵੀ ਨੇ ਉਹ ਦਾਅਵਾ ਕਰ ਚੁੱਕੇ ਨੇ ਮੀਡੀਆ ਦੇ ਵਿੱਚ ਕਿ ਸਾਡਾ ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕਿ ਲੁਧਿਆਣੇ ਦੇ ਵਿੱਚ ਘੱਟੋ ਘੱਟ ਅਸੀਂ ਜਿਹੜੀ ਰਵਨੀਤ ਸਿੰਘ ਬਿੱਟੂ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਹੀ ਨਹੀਂ ਕਰਾਂਗੇ ਰਵਨੀਤ ਸਿੰਘ ਬਿੱਟੂ ਨੂੰ ਪਤਾ ਲੱਗ ਜਾਵੇਗਾ ਕਿ ਪਾਰਟੀ ਬਦਲਣ ਦੇ ਨਤੀਜੇ ਕੀ ਹੁੰਦੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਪਰ ਜੇਕਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਸੋਚ ਲਿਆ ਕਿ ਪਾਰਟੀ ਹਾਈਕਮਾਂਡ ਤੋਂ ਥਾਪੜਾ ਲੈ ਕੇ ਗੁਰਕੀਰਤ ਸਿੰਘ ਕੋਟਲੀ ਨੂੰ ਮੈਦਾਨ ਵਿੱਚ ਉਤਾਰ ਦਈਏ ਤਾਂ ਫਿਰ ਦੋ ਭਰਾਵਾਂ ਦੇ ਵਿੱਚ ਆਪਸੀ ਸਿਆਸੀ ਪੇਚਾ ਪੈਂਦਾ ਦਿਖਾਈ ਜ਼ਰੂਰ ਦੇਵੇਗਾ। ਇਸ ਦੇ ਨਾਲ ਹੁਣ ਲੋਕ ਸਭਾ ਹਲਕਾ ਲੁਧਿਆਣਾ ਦੇ ਵੋਟਰਾਂ ਨੇ ਤੈਅ ਕਰਨਾ ਹੈ ਕਿ ਉਹਨਾਂ ਨੂੰ ਕਿਹੜਾ ਉਮੀਦਵਾਰ ਜ਼ਿਆਦਾ ਪਸੰਦ ਆਉਂਦਾ ਕਿਸ ਦੇ ਹੱਕ ਵਿੱਚੋਂ ਵੱਧ ਭੁਗਤਦੇ ਨੇ। 1 ਜੂਨ ਨੂੰ ਉਹਨਾਂ ਵੋਟਰਾਂ ਨੇ ਤੈਅ ਕਰਨਾ ਅਤੇ 4 ਨੂੰ ਸਭ ਦੇ ਸਾਹਮਣੇ ਨਤੀਜੇ ਹੋਣਗੇ। ਹਾਲੇ ਤੱਕ ਇਹ ਅੰਤਿਮ ਫੈਸਲਾ ਕਾਂਗਰਸ ਪਾਰਟੀ ਨਹੀਂ ਲੈ ਸਕੀ 3-4 ਸੀਟਾਂ ਦੇ ਉੱਤੇ ਜਿਸ ਦੇ ਵਿੱਚ ਅਨੰਦਪੁਰ ਸਾਹਿਬ ਦੀ ਸੀਟ ਵੀ ਹੈ ਜਿਸ ਦੇ ਵਿੱਚ ਫਿਰੋਜ਼ਪੁਰ ਹਲਕਾ ਵੀ ਹੈ ਲੋਕ ਸਭਾ ਦਾ ਜਿਸ ਵਿੱਚ ਲੁਧਿਆਣਾ ਵੀ ਹੈ ਔਰ ਜਿਸ ਦੇ ਵਿੱਚ ਖਡੂਰ ਸਾਹਿਬ ਹਲਕਾ ਹੈ। ਇਹਨਾਂ 4 ਹਲਕਿਆਂ ਦੇ ਵਿੱਚ ਹਾਲੇ ਉਮੀਦਵਾਰ ਐਲਾਨਣੇ ਬਾਕੀ ਨੇ ਇਵਨ ਕਿ ਜਿਹੜਾ ਗੁਰਦਾਸਪੁਰ ਹੈ ਉੱਥੇ ਵੀ ਉਮੀਦਵਾਰ ਐਲਾਨਣਾ ਹਾਲੇ ਬਾਕੀ ਹੈ। ਇਹਨਾਂ 4-5 ਹਲਕਿਆਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਕਿਸ ਨੂੰ ਉਮੀਦਵਾਰ ਬਣਾਇਆ ਜਾਵੇ ਤਾਂ ਜਲਦੀ ਜਿਹੜੀ ਅਗਲੀ ਸੂਚੀ ਦਾ ਐਲਾਨ ਹੋਣਾ ਇਸ ਵਿੱਚ ਪਤਾ ਲੱਗ ਜਾਵੇਗਾ ਕਿ ਲੁਧਿਆਣੇ ਤੋਂ ਕਾਂਗਰਸ ਦੇ ਵੱਲੋਂ ਕਿਸ ਨੂੰ ਉਮੀਦਵਾਰ ਬਣਾਇਆ ਜਾਂਦਾ। ਫਿਲਹਾਲ ਇਸ ਜਾਣਕਾਰੀ ਵਿੱਚ ਇੰਨਾ ਹੀ। ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।